ਹੈਲੋ ਗਾਇਸ, ਤੁਹਾਡਾ ਸਵਾਗਤ ਸਾਡੀ ਨਿਊ ਵੀਡੀਓ ਵਿੱਚ। ਅੱਜ ਆਪਾਂ ਇੱਕ ਹੋਰ ਬਿਹਤਰੀਨ ਸੌਂਗ ਲੈ ਕੇ ਆਏ ਹਾਂ। ਇਹ ਹੈਗਾ ਪੰਜਾਬ ਦੇ ਬਹੁਤ ਵਧੀਆ ਸਿੰਗਰ ਆ, ਮੰਮੀ ਨੂੰ ਸ਼ਾਇਦ ਤੁਹਾਨੂੰ ਪਤਾ ਹੋਵੇਗਾ। ਸਿੰਗਰ ਕਿਹੜਾ, ਇੱਕ ਹੈ ਕਿੰਨੇ ਦਾ ਸਿੰਗਰ ਹੈ? ਇਹ ਹੈਗਾ ਐਮੀ ਵਿਰਕ, ਐਮੀ ਵਿਰਕ। ਐਂਡ ਉਹਨਾਂ ਨਾਲ ਹੈਗੀ ਤਾਨਿਆ, ਤਾਨਿਆ। ਉਹਨਾਂ ਦਾ ਸੌਂਗ ਹੈ ਨਵਾਂ ਤੇਰੀ ਜੱਟੀ। ਅੱਛਾ, ਮਤਲਬ ਹੁਣ ਨਹੀਂ ਆਇਆ, 2-3 ਹਫ਼ਤੇ ਪਹਿਲਾਂ ਆਇਆ ਸੀ। ਸੋ ਆਪਾਂ ਉੱਤੇ ਰਿਵਿਊ ਨਹੀਂ ਕਰ ਪਾਏ ਉਹਦੇ ਲਈ, ਸੋਰੀ। ਹਾਂ, ਥੋੜ੍ਹਾ ਬਿਜ਼ੀ ਸੀ। ਹਾਂ, ਬਿਜ਼ੀ ਸੀ। ਸੋ ਹੁਣ ਆਪਾਂ ਨਾ ਅੱਜ ਉੱਤੇ ਰਿਵਿਊ ਕਰਾਂਗੇ ਤੇਰੀ ਜੱਟੀ, ਠੀਕ ਹੈ? ਫਿਰ ਆ ਜਾਓ, ਆਪਾਂ ਕਰਦੇ ਹਾਂ ਇੰਜੋਏ। ਚਲੋ ਫਿਰ, ਦੋਨਾਂ ਦਾ ਜੋੜੀ ਬੜੀ ਵਧੀਆ ਨਾ, ਐਮੀ ਵਿਰਕ ਤਾਨਿਆ। ਗਾਣੇ ਵਧੀਆ ਇਹਨਾਂ ਦੇ, ਐਕਟਿੰਗ ਵਧੀਆ, ਦੇਖਿਆ ਸੋਹਣੇ ਲੱਗ ਰਹੇ ਨੇ ਦੋਨੋਂ। ਅਭੀ ਤਾਂ ਬੱਚੀ ਜਿਹੀ ਲੱਗਦੀ ਨਾ, ਲਿਮ ਹੈ ਨਾ ਥੋੜ੍ਹੀ, ਡਰੈਸ ਸੋਹਣੀ ਪਾਈ, ਕਲਰ ਐਕਟਿੰਗ ਅੱਛਾ ਲੱਗ ਰਿਹਾ। ਲਾਈਟ ਨਹੀਂ ਹੈ, ਥੋੜ੍ਹਾ ਡਾਰਕ ਲਾਈਟ ਹੈ। ਡੋਗੀ ਕਿੰਨੇ ਸੋਹਣੇ। ਲਿਸ਼ਕਣੀ ਚਾਹੀਦੀ ਆ, ਬਾਕੀ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀ। ਰੋਟੀ ਪਕਾਣੀ ਆਉਂਦੀ ਕਿ ਨਹੀਂ, ਲਿਸ਼ਕਾਰੇ ਮਾਰੇ ਬਸ। ਇੰਨੀ ਸੋਹਣੀ ਤਿਆਰ ਹੋ ਕੇ ਪੋਚਾ ਮਾਰ ਰਹੀ। ਰੋ ਮਾਰਨ ਡਿਆ ਉੱਥੇ, ਸਾਰੇ ਪਿੰਡ ਦੀਆਂ ਨੂੰਹਾਂ ਵਿੱਚ ਸੋਹਣਿਆ ਲਟਕਣ ਜਦੋਂ ਛੱਡ ਕੇ ਵੇਖੀ ਮੈਂ ਤੈਨੂੰ ਵਿੱਚ, ਪਿੰਡ ਦੀਆਂ ਨੂੰਹਾਂ ਵਿੱਚ ਸੋਹਣਿਆ, ਦੇਖ ਤੇਰੀ ਜੱਟੀ, ਤੇਰੀ ਜੱਟੀ ਬਾਰੇ ਲਿਸ਼ਕਾਰੇ, ਪਿੰਡ ਦੀਆਂ ਨੂੰਹਾਂ ਵਿੱਚ ਸਿਰਿੰਗਾ ਜਦੋਂ ਛੱਡ ਕੇ ਮਿੰਤਾ ਪਾ ਰਿਹਾ ਉਹਦੀ ਚਲ ਗਈ ਆ ਰੋ ਚੰਗਾ ਕੁੜੀਆਂ ਦਾ ਹੈ, ਛੱਡ ਕੇ ਚਲੇ ਜਾਣਾ ਪੇਕੇ। ਨਹੀਂ, ਉਹਨੇ ਭੇਜੀ ਰੋ ਮਾਰ ਰਿਹਾ ਸੀ ਉੱਤੇ, ਕੰਮ ਨੂੰ ਕਹਿ ਰਿਹਾ ਸੀ। ਦੇਖੋ, ਮਾਫੀ ਮੈਨੂੰ ਨਾ ਕਿਨ ਕਹਾ ਸੀ ਵੀ ਜਨਾਨੀ ਨੂੰ ਨਾ ਚੰਡ ਕੇ ਰੱਖਿਆ ਕਰੋ, ਫਿਰ ਵੱਧ ਸੇਵਾ ਕਰਦੀ ਆ। ਕਿਹੜੇ ਸਿਆਣੇ ਨੇ ਕਿਹਾ ਸੀ? ਸਾਹਮਣੇ ਨਾ ਇੱਕ ਟੇਡੇ ਮੇਟੇ ਸਿਆਣਾ ਦੇ, ਸੌਰੀ ਕਹਿ ਤੇਰੀ ਗਲਤੀ ਆ ਪਾਦਰਾ, ਐਨੇ ਇਹੋ ਜਿਹੀ ਸੇਵਾ ਤੇ ਮੈਂ ਤੁਹਾਡੀ ਰੋਜ਼ ਕਰਦੀ ਕਰਾਂ। ਉਲਟਾ ਪੈ ਗਿਆ, ਨਹੀਂ ਨਹੀਂ ਫਿਰ ਨੱਚੋ, ਸੁਣਿਆ ਨਹੀਂ, ਨੱਚੋ ਨੱਚਿਆ ਤਾਂ ਜਿਹਨੇ ਸਿੱਖ ਸ਼ਾਹ ਦਿੱਤੀ ਸੀ ਉਹ ਚਿੱਤਰ ਖਾਂਦਾ ਪਿਆ। ਬੜਾ ਵਧੀਆ ਸੌਂਗ ਆ, ਮਜ਼ਾ ਆਇਆ ਵੈਸੇ ਨਾ, ਬੜਾ ਬੜਾ ਇੰਜੋਏਬਲ ਸੀ ਤੇਰੀ ਜੱਟੀ।
फिर चल गई बाद ओनू घर दे काम करने पे ते फिर ओनू लैन गया फिर ओनू पुछदी भी तेनू केड़े स्याने ने कहा सी ओ सामने ओदे दोस्त विच पीड़ा पैण डिया सी अपने ਕਹਿੰਦੀ ਏਦਾਂ ਦੀ ਸੇਵਾ ਤਾਂ ਮੈਂ ਤੇਰੀ ਰੋਜ਼ ਕਰਦਿਆ ਕਰੂੰਗੀ ਤੂੰ ਕਰਾਣੀ ਤਾਂ ਦੱਸ ਵਧੀਆ ਸੀ ਯਾਰ ਇੰਜੋਏਬਲ ਸੀ ਅੱਛਾ ਸੀ ਗਾਣਾ ਵਰਡਿੰਗ ਅੱਛੀ ਸੀਗੀ ਹੋਰ ਕੀ ਆਹ ਬਸ ਕੰਮ ਆਵੇ ਨਾ ਆਵੇ ਕੰਮ ਕਰਨ ਨਾ ਕਰਨ ਪਰ ਜੱਟੀ ਲਿਸ਼ਕਣੀ ਚਾਹੀਦੀ ਬਿਲਕੁਲ ਲਿਸ਼ਕਣੀਆਂ ਚਾਹੀਦੀਆਂ ਬਸ ਲਿਸ਼ਕ ਬੁਸ਼ਕ ਘੇਰੋ ਹੋਰ ਕੰਮ ਕੁੰਮ ਤਾਂ ਹੁੰਦੇ ਰਹਿਣੇ ਕੰਮ ਕੁੰਮ ਆਪੀ ਮਾਵਾਂ ਸੱਸਾ ਕਰ ਲੈਣਗੀਆਂ ਹੋਰ ਕੀ ਪਰ ਗਲਤ ਚੀਜ਼ ਆ ਨਾ ਇਹਨਾਂ ਨੇ ਜੋ ਦਿਖਾਇਆ ਵਾ ਉਹ ਚੀਜ਼ ਗਲਤ ਆ ਹੋਰ ਕੀ ਇਹਨਾਂ ਨੂੰ ਮਤਲਬ ਦਿਖਾਉਣਾ ਚਾਹੀਦਾ ਕਿ ਕੰਮ ਵੀ ਕਰੋ ਤਿਆਰ ਹੋ ਨਾ ਫਿਰ ਹੀ ਆ ਮਤਲਬ ਇਕੱਲਾ ਤਿਆਰ ਹੋ ਕੇ ਵੀ ਕੀ ਕਰਨਾ ਕਿਸੇ ਨੇ ਤੁਹਾਡੇ ਕੰਮ ਤੋਂ ਚੰਮ ਤੋਂ ਨਹੀਂ ਲੈਣਾ ਕੰਮ ਮਾਇਨੇ ਰੱਖਦਾ ਕਿਸੇ ਦਾ ਕੋਈ ਚੰਮ ਨਹੀਂ ਰੱਖਦਾ ਕਿ ਜੇ ਗੋਰਾ ਵਾ ਤਾਂ ਉਹ ਕੋਈ ਕੰਮ ਹੀ ਨਹੀਂ ਕਰੂਗਾ ਆਹ ਕੋਈ ਮਤਲਬ ਨਹੀਂ ਹੈਗਾ ਜੇ ਤੁਹਾਡੇ ਕੋਲ ਇੱਕ ਉਹ ਡਾਇਲੋਗ ਵੀ ਤਾਂ ਹੈਗਾ ਪਰ ਨਹੀਂ ਕਿਹੜੀ ਫਿਲਮ ਸੀ ਕਹਿੰਦੇ ਪਿਆਰ ਵਿਆਰ ਕੁਛ ਨਹੀਂ ਹੁੰਦਾ ਜੇ ਤੁਹਾਡੀ ਜੇਬ 'ਚ ਪੈਸੇ ਆ ਤਾਂ ਤੁਹਾਨੂੰ ਸਾਰੇ ਪਿਆਰ ਕਰੂਗੇ ਨਹੀਂ ਤਾਂ ਤੁਹਾਡੇ ਚੰਮ ਤੋਂ ਕਿਸੇ ਨੇ ਕੁਛ ਨਹੀਂ ਲੈਣਾ ਹਾਂ ਇੱਕ ਮੂਵੀ ਦਾ ਡਾਇਲੋਗ ਆ ਬੜਾ ਵਧੀਆ ਸੋ ਇਸ ਲਈ ਕੰਮ ਕਰੋ ਕੰਮ ਨਾਲ ਹੀ ਕਰੋਗੇ ਤਾਂ ਸਭ ਕੁਛ ਹੀ ਆ ਉਹਦੇ ਨਾਲ ਹੀ ਆ ਮਤਲਬ ਇਕੱਲੇ ਆਪਾਂ ਕਹੀਏ ਤਿਆਰ ਸ਼ੁਰੂ ਕਰੀਏ ਵਿਆਹ ਤੋਂ ਬਾਅਦ ਰਿਸਪੋਂਸਿਬਿਲਟੀਆਂ ਵੱਧ ਜਾਂਦੀਆਂ ਨੇ ਹਨਾ ਖਾਸ ਕਰ ਜਨਾਨੀ ਦੀਆਂ ਲੇਡੀਜ਼ ਦੀਆਂ ਕੁੜੀਆਂ ਦੀਆਂ ਵਿਆਹ ਤੋਂ ਬਾਅਦ ਇਹ ਸਿਰਫ ਨਾਟਕਾਂ 'ਚ ਫਿਲਮਾਂ 'ਚ ਗਾਣਿਆਂ 'ਚ ਹੀ ਉੱਥੋਂ ਤੱਕ ਹੀ ਮਤਲਬ ਇਹਨਾਂ ਦੀ ਉਹ ਹੈ ਇੱਕ ਲਾਈਨ ਜੋ ਦਿਖਾਂਦੇ ਉਹ ਜ਼ਰੂਰੀ ਨਹੀਂ ਸਭ ਕੁਝ ਸਹੀ ਹੋਵੇ ਇਸ ਲਈ ਹਰੇਕ ਚੀਜ਼ ਦਾ ਪੋਜ਼ਿਟਿਵ ਨੈਗੇਟਿਵ ਸੋਚ ਕੇ ਡਿਸੀਜਨ ਲੈਣਾ ਚਾਹੀਦਾ ਮੈਨੂੰ ਤਾਂ ਲੱਗਦਾ ਕਿਸੇ ਦੇ ਮਗਰ ਲੈ ਜਿੱਦਾਂ ਉਹ ਮਗਰ ਲੱਗ ਗਿਆ ਕਿ ਜਨਾਨੀ ਨੂੰ ਚੰਡ ਕੇ ਰੱਖਿਆ ਕਰ ਤੁਸੀਂ ਜਨਾਨੀ ਨੂੰ ਚੰਡ ਕੇ ਰੱਖੂਗਾ ਫਿਰ ਜਨਾਨੀ ਕੀ ਕਰੂਗੀ ਉਹ ਤਾਂ ਹੈ ਪੇਕੇ ਹੀ ਤੋੜੂਗੀ ਇੱਦਾਂ ਵੀ ਨਹੀਂ ਕਿਸੇ ਦਾ ਕਹਿਣਾ ਮੰਨਣਾ ਚਾਹੀਦਾ ਆਪਣੇ ਦਿਮਾਗ ਨੂੰ ਕੰਮ ਲਓ ਬਸ ਰਲ ਮਿਲ ਕੇ ਰਹੋ ਸੋ ਇੰਜੋਏ ਕਰੋ ਗਾਣਾ ਸੋ ਮੈਨੂੰ ਤਾਂ ਗਾਣਾ ਬਹੁਤ ਵਧੀਆ ਲੱਗਾ ਆਪਾਂ ਰੈਕਮੈਂਡ ਕਰਾਂਗੇ ਵੱਧ ਤੋਂ ਵੱਧ ਸੁਣੋ ਸ਼ੇਅਰ ਕਰੋ ਐਂਡ ਸਾਡੀ ਵੀਡੀਓਜ਼ ਵੀ ਦੇਖੋ ਐਂਡ ਸੁਣੋ ਸ਼ੇਅਰ ਕਰੋ ਬਾਕੀ ਹੋਰ ਕੁਛ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਆਪਾਂ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਅਪਡੇਟ ਕਰਦੇ ਰਵਾਂਗੇ ਸੋ ਬਾਕੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਸਾਡੇ ਚੈਨਲ ਦੀ ਘੰਟੀ ਵਜਾ ਦਿਓ ਟਨ ਬਾਏ ਬਾਏ ਸਪੋਰਟ ਕਰਦੇ ਹੋ ਸਾਨੂੰ ਬਾਏ ਬਾਏ